ਹੈਲੋ ਫਰੈਂਡਸ ਆਪ ਜੀ ਦਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ SSA ਪੰਜਾਬ ਨੇ ਆਪਣੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਇਹਦੇ ਉੱਪਰ ਪੂਰੀ ਜਿਹੜੀ ਰਿਵਾਈਜ਼ਡ ਲਿਸਟ ਹੈ ਰਿਜ਼ਲਟ PSEB 2018 ਦੀ ਅਪਡੇਟ ਕੀਤੀ ਹੈ ਦੇਖੋ ਜੀ ਇਹ ਰਿਜ਼ਲਟ ਦੁਆਰਾ ਟਾੜਾ ਰਿਵਾਈਜ਼ ਨਹੀਂ ਹੋਇਆ ਜਦੋਂ ਤਾਂ ਦਾ ਰਿਜ਼ਲਟ ਆਇਆ ਸੀ ਉਦੋਂ ਹੀ ਟਾੜਾ ਰਿਜ਼ਲਟ ਡਿਵਾਈਸ ਹੋ ਕੇ ਆਇਆ ਸੀ ਕਾਫੀ ਜ਼ਿਆਦਾ ਸਟੂਡੈਂਟਸ ਨੂੰ ਡਾਊਟ ਹੈ ਕਿ ਇਹ ਜਿਹੜਾ ਰਿਜ਼ਲਟ ਹੈ ਦੁਆਰਾ ਰਿਵਾਈਜ਼ਡ ਹੋਇਆ ਹੈ ਦੁਆਰਾ ਕੋਈ ਰਿਵਾਈਜ਼ ਨਹੀਂ ਹੋਇਆ ਜੋ ਤੁਹਾਡਾ ਰਿਜ਼ਲਟ ਸੀ ਉਹੀ ਰਿਜ਼ਲਟ ਇਸ ਵਾਰ ਵੀ ਡਿਸਪਲੇ ਹੋਇਆ ਹੋਇਆ ਹੈ ਉਹ ਅਲੱਗ ਗੱਲ ਹੈ ਕਿ ਪਹਿਲੇ ਤੁਸੀਂ ਸਿੰਗਲ ਸਿੰਗਲ ਸਟੂਡੈਂਟ ਆਪਣੀ ਜਿਹੜੀ ਪੂਰੀ ਡੀਟੇਲ ਚੈੱਕ ਕਰਦਾ ਸੀ ਟੈਸਟ ਪੇਪਰ 1 ਪੇਪਰ 2 ਦੀ ਬਟ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸਾਰਾ ਡਾਟਾ ਨੂੰ ਮਰਜ ਕਰਕੇ ਇੱਕ ਪੂਰੀ ਸਿੰਗਲ ਐਕਸਲ ਫਾਈਲ ਬਣਾਈ ਗਈ ਹੈ ਕਿਸ ਤਰ੍ਹਾਂ ਤੁਸੀਂ ਦੇਖਣਾ ਹੈ ਉਹਦੇ ਲਈ ਤੁਸੀਂ ਐਸਐਸਏ ਪੰਜਾਬ ਦੇ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ نیچے ਸਕਰੋਲ ਡਾਊਨ ਕਰੋਗੇ ਤੁਸੀਂ ਤੇ ਦੇਖ ਸਕਦੇ ਹੋ ਇਹਨਾਂ ਨੇ ਇੱਥੇ ਲਿੰਕ ਅਪਡੇਟ ਕੀਤਾ ਦੇਖੋ ਪਬਲਿਕ ਨੋਟਿਸ ਰਿਗਾਰਡਿੰਗ ਰਿਜ਼ਲਟ ਉਹ ਪੀਐਸਈਟ 2018 ਇਹੀ ਨੋਟਿਸ ਵਿੱਚ ਦੱਸਿਆ ਹੋਇਆ ਹੈ ਕਿ ਇਹਨੂੰ ਡਾਊਨਲੋਡ ਤੁਸੀਂ ਕਰ ਸਕਦੇ ਹੋ ਐਕਸਲ ਫਾਈਲ ਹੈ ਠੀਕ ਹੈ ਜੀ ਇਹ ਲਿੰਕ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਇਹ ਐਕਸਲ ਫਾਈਲ ਫੋਨ ਵਿੱਚ ਜ਼ਿਆਦਾ ਓਪਨ ਨਹੀਂ ਹੋ ਰਹੀ ਅਧਰ ਲਈ ਤੁਸੀਂ ਪਲੇ ਸਟੋਰ 'ਚ ਜਾ ਕੇ ਡਬਲਯੂਪੀਐਸ ਆਫਿਸ ਜਾਂ ਐਕਸਲ ਸੌਫਟਵੇਅਰ ਡਾਊਨਲੋਡ ਕਰ ਲੈਣਾ ਹੈ ਆਪ ਡਾਊਨਲੋਡ ਕਰ ਲੈਣਾ ਉਹਦੀ ਹਲਪ ਨਾਲ ਤੁਸੀਂ ਓਪਨ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਸੌਫਟ ਕਾਪੀ ਚਾਹੀਦੀ ਹੈ ਪੀਡੀਐਫ ਫਾਈਲ ਚਾਹੀਦੀ ਹੈ ਮੈਂ ਲਾਸਟ ਵਿੱਚ ਤੁਹਾਨੂੰ ਇੱਕ ਵਟਸਐਪ ਨੰਬਰ ਪ੍ਰੋਵਾਈਡ ਕਰਾਂਗਾ ਤੁਸੀਂ ਉਹਦੇ ਉੱਪਰ ਮੈਨੂੰ ਵਟਸਐਪ ਕਰਕੇ ਆਪਣਾ ਜਿਹੜਾ ਰਿਜ਼ਲਟ ਹੈ ਚੈੱਕ ਕਰਵਾ ਸਕਦੇ ਹੋ ਕਾਫੀ ਜ਼ਿਆਦਾ ਸਟੂਡੈਂਟਸ ਨੂੰ ਰਿਜ਼ਲਟ ਮਿਲ ਹੀ ਨਹੀਂ ਰਿਹਾ ਤਾਂ ਉਹ ਰਿਗਾਰਡਿੰਗ ਤੁਸੀਂ ਚੈੱਕ ਕਰ ਸਕਦੇ ਦੇ ਵਿੱਚ ਕਿੰਨੇ ਸਟੂਡੈਂਟ ਹੋ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਡਾਊਨਲੋਡ ਇਹਨੂੰ ਕਰ ਲਓ ਡਾਊਨਲੋਡ ਕਰਕੇ ਪੂਰੀ ਸਾਡੀ ਇੱਥੇ ਐਕਸਲ ਫਾਈਲ ਹੈ ਇਹਦੇ ਵਿੱਚ 150000 ਅਤੇ 750 ਜਿਹੜੇ ਕੈਂਡੀਡੇਟਸ ਆ ਇਹਨਾਂ ਨੇ ਐਗਜ਼ਾਮ ਦਿੱਤਾ ਸੀਗਾ ਜਿਹਦੇ ਵਿੱਚੋਂ ਕਾਫੀਆਂ ਨੇ ਕੁਆਲੀਫਾਈ ਕੀਤਾ ਕਿਹਿਆ ਨੇ ਨਹੀਂ ਕੀਤਾ ਕਿ ਇਹਨੇ 1 ਕੀਤਾ ਕੁਆਲੀਫਾਈ ਕਿਸ ਨੇ 2 ਕੀਤਾ ਕਿਸ ਨੇ ਕੋਈ ਵੀ ਨਹੀਂ ਕੀਤਾ ਅਤੇ ਕਿਸੇ ਨੇ ਦੋਨੇ ਹੀ ਕਰ ਲਿਆ ਦੇਖ ਸਕਦੇ ਹੋ ਤੁਸੀਂ ਮੈਂ ਜ਼ੂਮ ਇਨ ਕਰ ਦੇਣਾ ਤੁਹਾਨੂੰ ਲਾਸਟ ਜਿਹੜੀ ਨੰਬਰਿੰਗ ਹੈ 1,50,750 ਬੰਦੇ ਅਤੇ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਤੋਂ ਇਹ ਨੀਅਰ ਅਬਾਊਟ ਦੋ ਨੰਬਰ ਤੋਂ ਸ਼ੁਰੂ ਹੋ ਰਹੀਆਂ ਨੇ ਯਾਨੀ ਕਿ 1,50,700 95 ਬੰਦੇ ਹੈਗੇ ਜੀ ਜਿਨ੍ਹਾਂ ਨੇ ਟੈਕਸ ਦਿੱਤਾ ਸੀਗਾ ਤਾਂ ਲਾ ਲਓ ਕਿੰਨੀ ਗਵਰਨਮੈਂਟ ਨੇ ਕਲੈਕਸ਼ਨ ਕੀਤੀ ਹੈ ਸੋ ਬਾਕੀ ਤੁਸੀਂ ਸਮਝਦਾਰ ਹੋ ਮੈਂ ਕੀ ਕਹਿਣਾ ਚਾਹਣਾ ਹੈ ਬਾਕੀ ਮਾਸਟਰ ਕੈਡਰ ਦਾ ਵੀ ਕਾਫੀ ਹਾਨੀ ਫਿਲ ਕੀਤਾ ਮਾਸਟਰ ਕੈਡਰ ਦਨ ਨਾਲ ਜ਼ਿਆਦਾ ਬੰਦੇ ਨੇ ਫਿਲ ਕੀਤਾ ਇਨਕਲੂਡਿੰਗ ਪੰਜਾਬ ਪਲਸ ਅਦਰ ਸਟੇਟਸ ਹੁਣ ਦੇਖਦੇ ਹਾਂ ਤੁਸੀਂ ਆਪਣਾ ਰਿਜ਼ਲਟ ਕਿਵੇਂ ਚੈੱਕ ਕਰਨਾ ਹੈ ਕਾਫੀ ਸਟੂਡੈਂਟਸ ਨੂੰ ਰਿਜ਼ਲਟ ਨਹੀਂ ਮਿਲਦਾ ਪ रिजल्ट चेक करने वास्ते आ देखो जी एक्सेल फाइल है ठीक है जी एक्सेल फाइल ਨੂੰ ਮੈਂ ਥੋੜਾ ਜਿਆਦਾ ਸੈੱਟ ਕਰ ਲੈਣਾ ਇਹ ਫਾਈਲ ਤੁਸੀਂ ਓਪਨ ਕਰ ਲੈਣੀ ਹੈ ਜਿੱਦਾਂ ਮੈਂ ਆਪਣਾ ਹੀ ਇਹਦੇ ਵਿੱਚ रिजल्ट ਮਿਲਣਾ ਹੈ ਤੁਸੀਂ ਕੀ ਕਰਨਾ ਹੈ ਹੋਮ ਟੈਬ 'ਚ ਜਾ ਕੇ ਇੱਥੇ ਸોર્ટ ਐਂਡ ਫਿਲਟਰ 'ਚ ਜਾ ਕੇ ਫਿਲਟਰ ਤੇ ਇਨੇਬਲ ਕਰ ਦੇਣਾ ਜਿੱਦਾਂ ਮੇਰਾ ਨਾਮ अरुण ਹੈ ਮੈਂ ਆਪਣਾ रिजल्ट चेक ਕਰਨਾ ਹੈ ਤੁਸੀਂ ਇੱਥੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇੱਥੇ ਸਾਰੇ ਡੀਸਿਲੈਕਟ ਕਰ ਦੇਣੇ ਆਹ ਦੇਖੋ A ਵਾਲੇ ਆ ਰਹੇ ਸਾਰੇ ਇੱਥੇ ਤੁਸੀਂ AR ਫਾਈਂਡ ਕਰਨਾ ਹੈ AN ਹੋ ਗਿਆ AM ਹੋ ਗਿਆ MN OP QR ਠੀਕ ਹੈ ਜੀ ਮੇਰਾ ਨਾਮ ਅਰुण ਹੈ ਤੋਂ ਆਪਾਂ ਇੱਥੇ ਅਰुण ਫਾਈਂਡ ਕਰਨਾ ਦੇਖੋ ਜੀ ਅਰुण ਅਰਜੁਨ ਆ ਗਿਆ ਅਰुण ਅਰੁਣ ਆਪਾਂ ਦੇਖਣਾ ਜੀ ਅਰਚਨਾ ਆ ਗਈ ਅਰਵਿੰਦਰ ਅਰਸ਼ਦੀਪ ਅਨੁਸ਼ਕਾ ਏ ਆਰ ਤੋਂ ਆਪਾਂ ਨੇ ਅਰुण ਥੱਲੇ ਹੋਣਾ ਹੈ ਏ ਆਰ ਯੂ ਏ ਆਰ ਯੂ ਆਪਾਂ ਫਾਈਂਡ ਕਰਨਾ ਅਰਜੁਨ ਏ ਆਰ ਅੱਗੇ ਚੱਲਦੇ ਜਾਂਦੇ ਆ ਅਰੁਣਾ ਦੇਖੋ ਅਰुण ਬਿਸ਼ਨੋਈ ਅਰुण ਸੋਨ ਮੈਨੂੰ ਚਾਹੀਦਾ ਅਰुण ਕੁਮਾਰ ਇੱਥੇ ਦਿਖਦੇ ਆ ਅਰुण ਕੁਮਾਰ ਕਿੱਥੇ ਆ ਆਹ ਹੈ ਜੀ ਅਰुण ਕੁਮਾਰ ਠੀਕ ਹੈ ਜੀ ਅਬ ਆਪਣਾ ਰਿਜ਼ਲਟ ਫਾਈਂਡ ਕੀਤਾ ਅਗਰ ਤੁਸੀਂ ਸਾਰੇ ਅਰुण ਦੇਖਣਾ ਚਾਹੁੰਦੇ ਹੋ ਹਰੇਕ ਅਰुण ਤੇ ਕਲਿੱਕ ਕਰ ਦਿਓ ਸਾਰੇ ਅਰुण ਵਾਲੇ ਹੋਗੇ ਆ ਮੈਂ ਡਿਸਪਲੇ ਕਰਤਾ ਜੀ ਆਹ ਦੇਖੋ ਆ ਸਾਰੇ ਅਰुण ਵਾਲੇ ਬੱਚੇ ਆ ਠੀਕ ਹੈ ਜੀ ਮੇਰਾ ਜਿਹੜਾ ਨਾਮ ਆ ਐਗਜ਼ਾਮਪਲ ਵਾਸਤੇ ਆ ਨਾਮ ਹੈ ਇਹਨੂੰ ਮੈਂ ਹਾਈਲਾਈਟ ਕਰ ਲੈਣਾ ਸੋ ਆ ਤੁਸੀਂ ਇਦਾਂ ਦੇਖੋ ਅਗਰ ਤੁਹਾਨੂੰ ਰੋਲ ਨੰਬਰ ਵੀ ਨਹੀਂ ਪਤਾ ਪੀਟੈਡ ਦਾ ਤੁਸੀਂ ਰੋਲ ਨੰਬਰ ਵੀ ਪਤਾ ਕਰ ਸਕਦੇ ਹੋ ਅਰुण ਕੁਮਾਰ ਫਾਦਰ ਸਾਹਿਬ ਦਾ ਨਾਮ ਮਾਤਾ ਜੀ ਦਾ ਨਾਮ ਰੋਲ ਨੰਬਰ ਪੇਪਰ 1 ਚ ਕਿੰਨੇ ਮਾਰਕਸ ਆਏ ਪੇਪਰ 2 ਚ ਕਿੰਨੇ ਮਾਰਕਸ ਆਏ ਆ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਆਪਣੇ ਦੇਖੋ ਸਾਰੇ ਅਰुण ਕੁਮਾਰ ਵਾਲੇ ਬੰਦੇ ਆ ਕੋਈ ਸਿੰਗਲਰ ਹੁੰਨੀ ਆ ਪੂਰੀ ਦੁਨੀਆ ਵਿੱਚ ਮੇਰੇ ਵਰਗੇ ਪਤਾ ਨਹੀਂ ਕਿਦਾਂ ਕਿਤੇ ਅਤੇ ਕਿੰਨੇ ਸਾਰੇ ਬੰਦੇ ਆ ਦੇਖੋ ਹਰੇਕ ਸਟੂਡੈਂਟ ਦਾ ਰਿਕਾਰਡ ਸ਼ੋ ਕਰਦਾ ਪਰ ਬਟ ਕੰਡੀਸ਼ਨ ਇਹ ਕਹੇ ਕਿ ਹਰੇਕ ਦਾ ਫਾਦਰ ਨੇ ਮਦਰ ਨੇ ਮਲਗ ਲਗਾ ਜੇ ਤਾਂ ਮੈਂ ਰਿਜ਼ਲਟ ਆਪਣਾ ਸ਼ੋ ਕੀਤਾ ਮੇਰਾ ਜਿਹੜਾ ਸੀਰੀਅਲ ਨੰਬਰ ਹੈ 975 ਆ ਦੇਖੋ ਬਾਕੀ ਤੁਸੀਂ ਸੀਰੀਅਲ ਨੰਬਰ ਦੇਖ ਸਕਦੇ ਹੋ ਬਾਕੀਆਂ ਦਾ ਦੇਖਣਾ ਇਥੋਂ ਤੁਸੀਂ ਫਿਰ ਇੱਥੇ ਜਿਹੜਾ ਇਥੇ ਫਿਲਟਰ ਆ ਉੱਤੇ ਕਲਿੱਕ ਕਰ ਦੇਣਾ ਟਾਪ ਤੇ ਜਾ ਕੇ ਸਿਲੈਕਟ 올 ਕਰਕੇ ਸਿਲੈਕਟ 올 ਕਰ ਦੋ ਰੋਲ ਨੰਬਰ ਵਾਈਜ਼ ਸਰਚ ਕਰਨੇ ਵਿੱਚ ਕਾਫੀ ਜ਼ਿਆਦਾ ਡਿਫਿਕਲਟੀ ਹੁੰਦੀ ਤੁਹਾਨੂੰ ਠੀਕ ਹੈ ਬਿਕੋਜ਼ ਰੋਲ ਨੰਬਰ ਹਰੇ ਮਾਰਕਸ ਅਕੋਰਡਿੰਗ ਤੁਹਾਨੂੰ ਦਿਖਣਾ ਚਾਹੁੰਦੇ ਹੋ ਕਿ ਜਿਨ੍ਹਾਂ ਦੇ ਮਾਰਕਸ ਦੇਖਣੇ ਸਭ ਤੋਂ ਹਾਈएस्ट ਮਾਰਕਸ ਕਿੰਨੇ 614 118 142 ਹਾਈएस्ट ਹੈ 142 ਵਾਲੇ ਕਿਹੜੇ ਬੱਚੇ ਆ ਆ ਦੇਖੋ ਇਹ ਸਾਰੇ 142 ਵਾਲਾ ਓਨਲੀ ਇੱਕ ਬੱਚਾ ਹੈ ਠੀਕ ਹੈ ਜੀ ਆਫਲਓਵਰ ਪੂਰੇ ਆਲ ਓਵਰ ਜਿਹੜੇ ਬੱਚੇ ਆ 1 ਲੱਖ ਪਿਆ ਸਿਰਫ ਇੱਕ ਬੱਚੇ ਨੇ 142 ਮਾਰਕਸ ਗੈਟ ਕੀਤੇ ਆ ਦਿਖਲਾ ਨੇ ਇੱਕ ਹੀ ਹਾਂ ਜੀ ਵਰੁਣ ਸ਼ਰਮਾ ਜੀ ਨੇ ਸਨੋਸ਼ਰੀ ਸਤੀਸ਼ ਕੁਮਾਰ ਜੀ ਅਤੇ ਮਾਤਾ ਜੀ ਸ਼ਿਰੂ இந்து ਬਾਲਾ ਜੀ ਆ ਦੇਖੋ ਜੀ ਬਾਕੀ ਦਿਖ ਲੰਨੇ ਆ ਨਹੀਂ ਤਾਂ ਚਲੋ ਵਰੁੰਤਾ ਹੋ ਗਿਆ ਫਿਲਟਰ ਮੈਥੇ ਲਾਇਆ ਸੀ ਹੋਰ ਦਿਖ ਲੰਨੇ ਆ ਆ ਬਾਕੀ ਆਪਾਂ ਦਿਖਦੇ ਆ 100 ਇਹ ਤਾਂ ਚਲੋ ਇੱਦਾਂ ਦੇ ਆ ਗਿਆ ਰੋਲ ਨੰਬਰ ਹੋ ਗਿਆ ਇਹ ਪੇਪਰ 1 ਦੀ ਗੱਲ ਕਰਦਾ ਪਿਆ ਬਾਕੀ ਦਿਖ ਲੰਨੇ ਉਸ ਤੋਂ ਉੱਪਰ 100 ਦਿਖ ਲੰਨੇ ਆਪਾਂ ਹਾਈएस्ट ਮਾਰਕ ਜਿਹੜੇ ਸੀਗੇ 142 ਆਪਾਂ ਕੀਤੇ ਸੀ 141 ਵਾਲੇ ਦਿਖਦੇ ਕਿਹੜੇ ਬੱਚੇ ਆ 141 ਵਾਲਾ ਕਿਹੜਾ ਬੱਚਾ ਹੈ 141 ਵਾਲਾ ਵੀ ਓਨਲੀ ਇੱਕ ਬੱਚਾ ਹੈ ਬਹੁਤ ਹੀ ਠੀਕ ਹੈ ਜੀ ਸਟ੍ਰੇਂਜ ਗੱਲ ਹੈ ਕਿ ਓਨਲੀ ਸਿਰਫ ਇੱਥੇ ਇੱਕ ਇੱਕ ਬੱਚੇ ਨੇ ਨਿਮਕਸ ਇੱਕ ਨਹੀਂ 142 ਨੰਬਰ ਗੈਟ ਕੀਤੇ ਆ ਇੱਕ ਨਹੀਂ ਠੀਕ ਹੈ ਜੀ 42 ਕੀਤੇ ਆ ਪੇਪਰ 1 ਦਿੱਤਾ ਸੀ ਪੇਪਰ 2 ਵਿੱਚ ਬੱਚਾ ਐਬਸੈਂਟ ਸੀਗਾ ਲੇਕਿਨ ਕਾਫੀ ਜ਼ਿਆਦਾ ਹਾਰਡ ਵਰਕਰ ਹੈ ਗਗਨਦੀਪ ਸਿੰਘ ਜੀ ਨੇ ਰਘਵੀਰ ਸਿੰਘ ਜੀ ਪਲੱਸ ਸ਼੍ਰੀਮਤੀ ਚਰਨਜੀਤ ਕੌਰ ਜੀ ਇਹ ਬੱਚੇ ਦੇ 142 ਨੰਬਰ ਆ ਜੀ ਸੌਰੀ 141 42 ਵਾਲੇ ਸਾਡੇ ਵਰੁਣ ਜੀ ਸੀਗੇ ਅਰੁਣ ਵਰੁਣ ਤੁਹਾਨੂੰ ਪਤਾ ਹੀ ਆ ਜੀ ਫਿਰ ਇੰਟੈਲੀਜੈਂਟ ਹੀ ਹੁੰਦੇ ਆ ਤਾਂ ਚਲੋ ਇਸ ਤਰ੍ਹਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਜੇਕਰ ਕਿਸੇ ਸਟੂਡੈਂਟ ਨੂੰ ਨਹੀਂ ਟਾ ਡਾ ਰਿਜ਼ਲਟ ਮਿਲਦਾ ਮੈਂ ਲਾਸਟ ਵੀ ਚੈੱਕ ਡਾਣਾ ਗੱਲ ਕੀਤੀ ਸੈਟਿੰਗ ਵਿੱਚ ਕਿ ਤੁਹਾਨੂੰ ਮੈਂ ਇੱਕ WhatsApp ਨੰਬਰ ਪ੍ਰੋਵਾਈਡ ਕਰੂੰਗਾ ਸੋ ਆਹਾਂ ਜੀ WhatsApp ਨੰਬਰ ਤੁਸੀਂ ਸਿਰਫ ਇੱਥੇ WhatsApp ਕਰਨਾ ਹੈ ਕੰਟੈਕਟ ਨਾ ਕਰਿਓ ਨੰਬਰ ਤੁਹਾਨੂੰ ਆਫ ਹੀ ਮਿਲੂਗਾ ਠੀਕ ਹੈ ਜੀ ਇੱਥੇ ਤੁਸੀਂ WhatsApp ਕਰਕੇ ਆਪਣੀ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੁਰੀ ਹੈ ਰਿਗਾਰਡਿੰਗ ਪੀਟੈਟ ਅਗਰ ਰਿਜ਼ਲਟ ਨਹੀਂ ਮਿਲਦਾ ਪਿਆ ਡਾਊਨਲੋਡ ਨਹੀਂ ਹੁੰਦਾ ਪਿਆ ਹਰੇ ਕੁਐਸ਼ਨ ਨੇ ਤੇ ਲੈ ਸਕਦੇ ਹੋ ਵੈਬਸਾਈਟ ਬਹੁਤ ਇਹਨਾਂ ਦੀ ਮਾੜੀ ਹੈ ਜੀ ਆਹ ਦੇਖੋ ਪੀਟੈਟ ਦੀ ਵੈਬਸਾਈਟ ਕਿਤੇ ਪੂਰੀ ਵੈਬਸਾਈਟ ਹੀ ਇਹਨਾਂ ਨੇ ਅਪਡੇਟ ਕਰ ਦਿੱਤੀ ਹੋਈ ਹੈ ਹਾਂ ਦੇਖੋ ਤੁਸੀਂ ਦੇਖ ਵੀ ਸਕਦੇ ਹੋ ਪੀਟੈਟ pstat.net ਇਹ ਤੇ ਹੀ ਤੁਸੀਂ ਆਪਣੇ ਫਾਰਮ ਫਿਲ ਕੀਤੇ ਸੀ ਆ ਦੇਖੋ ਡੋਮੇਨ ਹੀ ਐਕਸਪਾਇਰ ਹੋ ਗਈ ਆਈ ਥਿੰਕ ਇਹਨਾਂ ਨੇ ਸਰਵਰ ਵਿੱਚੋਂ ਸਪੇਸ ਲਈ ਨਹੀਂ ਡੋਮੇਨ ਹੀ ਐਕਸਪਾਇਰ ਕਰ ਦਿੱਤੀ ਹੋਈ ਹੈ ਅਗਰ ਮੈਂ ਪੀਟੈਟ ਰਿਜ਼ਲਟ ਤੇ ਕਲਿੱਕ ਵੀ ਕਰਦਾ ਹਾਂ ਤਾਂ ਦੇਖੋ ਅੱਗੇ ਕੀ ਪੌਪ ਅਪ ਸ਼ੋ ਕਰਦਾ ਪਿਆ ਕੀ ਮੈਸੇਜ ਸ਼ੋ ਕਰਦਾ ਪਿਆ ਸੋ ਇਹ ਗਵਰਨਮੈਂਟ ਦੇ ਕਾਫੀ ਅੱਛੇ ਹਾਲਾਤ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਆ ਦੇਖੋ ਕੁਡ ਨਾਟ ਫਾਈਂਡ ਫਾਈਂਡ ਰੈਲੇਵੈਂਟ ਰਿਜ਼ਲਟਸ ਫਾਰ ਪੀਐਸਟ ਅਗਰ ਕਿਸੇ ਬੱਚੇ ਵਿਚਾਰੇ ਨੇ ਚੈੱਕ ਹੀ ਕਰਨਾ ਰਿਜ਼ਲਟ ਕੀ ਕਰੂਗਾ ਮੇਨ ਦਾ ਸਰਟੀਫਿਕੇਟ ਦੀ ਗੱਲ ਹੁੰਦੀ ਏ ਰਥੋਂ ਲੈਣਾ ਤੁਸੀਂ ਰਿਜ਼ਲਟ ਦਾ ਚਲੋ ਆਪਾਂ ਮੈਂ ਤੁਹਾਨੂੰ ਦੱਸ ਦਈ ਤਾਂ ਕਿਦਾਂ ਚੈੱਕ ਕਰਨਾ ਹੈ ਚਲੋ ਕੋਈ ਗੱਲ ਨਹੀਂ ਫਰੈਂਡਸ ਬੀ ਕੰਫੀਡੈਂਟ ਪੇਪਰ ਦੀ ਪ੍ਰੈਪਰੇਸ਼ਨ ਕਰੋ 29 ਤਰੀਕ ਨੂੰ ਟਟਾ ਪੇਪਰ ਆ ਗਿਆ ਜੀ ਟਟੀ ਵਾਲਿਆਂ ਦਾ ਇਸ ਦੇ ਰਿਗਾਰਡਿੰਗ ਹੋਰ ਵੀ ਇਦਾਂ ਦੀਆਂ ਅਪਡੇਟਸ ਵਾਸਤੇ ਸਾਡੇ ਨਾਲ ਜੁੜੇ ਰਹੋ ਹੋਰ ਵੀ ਕੋਈ ਡਾਊਟ ਯੂ ਕਿਊਰੀ ਹੁੰਦਾ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਆਪਣੇ ਫਰੈਂ ਬਿਕੋਜ਼ ਜਦ ਹੀ ਇਨਫੋਰਮੇਸ਼ਨ ਮੈਂਟਨਾਂ ਸ਼ੇਅਰ ਕੀਤੀ ਹੈ ਕਾਫੀ ਜ਼ਿਆਦਾ ਸਟੂਡੈਂਟਸ ਨੂੰ ਨਹੀਂ ਪਤਾ ਸਭ ਤੋਂ ਬੈਸਟ ਸੋਲੂਸ਼ਨ ਹੈ ਆਪਣਾ ਨਾਮ ਸਰਚ ਕਰਨ ਦਾ ਬਿਕੋਜ਼ 1.5 ਲੱਖ ਵਿੱਚੋਂ ਇੱਕ ਸਿੰਗਲ ਬੱਚੇ ਨੂੰ ਫਾਈਂਡ ਕਰਨਾ ਬਹੁਤ ਹੀ ਔਖਾ ਹੁੰਦਾ ਹੈ ਐਗਜ਼ਾਮਪਲ ਦੇ ਲਈ 1.5 ਲੱਖ ਡਾਟਾ ਦੇ ਕੋਇਨਸ ਹੈ ਉਹਦੇ ਵਿੱਚੋਂ ਆਪਣਾ ਸਿੰਗਲ ਕੋਇਨ ਮਿਲਣਾ ਪੂਰੇ ਢੇੜ ਦੇ ਵਿੱਚੋਂ ਬਹੁਤ ਡਿਫਿਕਲਟ ਗੱਲ ਹੈ ਮੈਂ ਸਿੰਪਲ ਮੈਥਡ ਤੁਹਾਨੂੰ ਦੱਸਦਾ ਹਾਂ ਕਰਕੇ ਦੇਖੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਅੱਛੀ ਲੱਗੀ ਹੋ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਇਸ ਤੋਂ ਇਲਾਵਾ ਕੋਈ ਵੀ ਕੁਰੀ ਜਾਂ ਕੁਐਸਚਨ ਹੁੰਦਾ ਜ਼ਰੂਰ ਕ So thank you friends for watching this video and for your valuable time.